ਪਾਸੇ ਜਿੱਥੇ ਕਿਸਾਨ ਐਮਐਸਪੀ ਦੇ ਲਈ ਅਤੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਦਰਾਂ ਤੇ ਬੈਠੇ ਨੇ ਉੱਥੇ ਹੀ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਅਤੇ ਚੰਗਾ ਮੁਨਾਫਾ ਪਹੁੰਚਾਉਣ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਸੰਗਰੂਰ ਵਿੱਚ ਕੈਂਪ ਲਗਾਇਆ ਗਿਆ ਜਿਸ ਵਿੱਚ ਕਿਸਾਨਾਂ ਨੂੰ ਚੰਗੇ ਸੁਝਾਅ ਵੀ ਦਿੱਤੇ ਗਏ। ਦਰਸਲ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕੱਢਣ ਅਤੇ ਜ਼ਮੀਨਾਂ ਨੂੰ ਉਪਜਾਊ ਬਣਾਉਣ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪਿੰਡ ਜਾ ਕੇ ਕੈਂਪ ਲਗਾਏ ਜਾ ਰਹੇ ਨੇ ਤਾਂ ਜੋ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਕੈਂਪ ਵਿੱਚ ਕਿਸਾਨਾਂ ਨੂੰ ਸਬਜ਼ੀਆਂ ਅਤੇ ਦਾਲਾਂ ਉਗਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅੱਜ ਦਾ ਜਿਹੜਾ ਕੈਂਪ ਹੈ ਅਸੀਂ ਡਿਵਰਸੀਫਿਕੇਸ਼ਨ ਤੇ ਲਾ ਰਹੇ ਹਾਂ ਵੀ ਫਸਲ ਭਿੰਨਤਾ ਤੇ, ਜਿਹਦੇ ਵਿੱਚ ਅਸੀਂ ਝੋਨੇ ਅਤੇ ਕਣਕ ਨੂੰ ਏਰੀਏ ਵਿੱਚੋਂ ਕਰਕੇ ਦੂਸਰੀਆਂ ਫਸਲਾਂ ਜਿਸ ਤਰ੍ਹਾਂ ਵੀ ਹੁਣ ਸੌਣੀ ਦੇ ਵਿੱਚ ਹੈ ਮੱਕੀ ਹੈ ਜਾਂ ਕੋਈ ਮੂੰਗੀ ਹੈ ਜਾਂ ਇਸ ਤਰ੍ਹਾਂ ਜਿਹੜੀਆਂ ਆਪਣੇ ਫਸਲਾਂ ਹੋ ਸਕਦੀਆਂ ਗੀਆਂ ਗੰਨਾ ਗਾ, ਅਤੇ ਉਹਨਾਂ ਵਾਸਤੇ ਅਸੀਂ ਜ਼ਿਆਦਾ ਨਹੀਂ ਤਾਂ ਥੋੜ੍ਹੇ ਤੋਂ ਥੋੜ੍ਹਾ ਹਰੇਕ ਕਿਸਾਨ ਨੂੰ ਵੀਰ ਨੂੰ ਇਹੀ ਦਿੱਤਾ ਵੀ ਥੋੜ੍ਹੇ ਤੋਂ ਥੋੜ੍ਹਾ ਏਰੀਆ ਵੀ ਇਹਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਕਿਸਾਨਾਂ ਦੀ ਜਿਹੜੀ ਆ ਆਮਦਨ ਅਤੇ ਕੰਟੀਨਿਊ ਜਿਹੜੀ ਆਮਦਨ ਆ ਉਹ ਹੋ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਫਸਲੀ ਚੱਕਰ ਚੋਂ ਬਾਹਰ ਆ ਕੇ ਫਲ ਸਬਜ਼ੀਆਂ ਉਗਾਉਂਦੇ ਨੇ ਤਾਂ ਉਹਨਾਂ ਨੂੰ ਵੱਧ ਮੁਨਾਫਾ ਹੋ ਸਕਦਾ ਹੈ। ਇਸ ਕੈਂਪ ਦੌਰਾਨ ਅਧਿਕਾਰੀਆਂ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਹਰ ਇੱਕ ਚੀਜ਼ ਦੇ ਵਿੱਚ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਹਾਂ ਉਹਦੀਆਂ ਦਿੱਕਤਾਂ ਬਹੁਤ ਜ਼ਰੂਰ ਆਉਂਦੀਆਂ ਗੀਆਂ, ਪਰ ਉਹਦੇ ਨਾਲ ਦੇ ਨਾਲ ਹੱਲ ਵੀ ਹੁੰਦੇ ਆ ਵੀ ਜਦੋਂ ਆਪਾਂ ਉਹਦੇ ਵਿੱਚ ਵਿਚਰਦੇ ਹਾਂ ਅਤੇ ਉਹਦੇ ਜਿਹੜੇ ਹੱਲ ਹੈ ਉਹਨਾਂ ਹੱਲਾਂ ਦਾ ਵੀ ਨਾਲ ਜਿਹੜਾ ਹੱਲ ਹੈ ਉਹ ਹੁੰਦੇ ਰਹਿੰਦੇ ਹੈਗੇ ਉਹਨਾਂ ਨੂੰ। ਕਿਉਂ ਪਿਛਲੇ ਸਾਲਾਂ ਤੋਂ ਕੁਛ ਫਾਰਮਰ ਆ ਜਿਹੜੇ ਇੱਧਰ ਆਏ ਆ ਉਹਨਾਂ ਦੇ ਅਸੀਂ ਸੁਝਾਅ ਲੈਂਦੇ ਹਾਂ, ਉਹਨਾਂ ਨੂੰ ਅਸੀਂ ਇਸ ਕੈਂਪਾਂ ਦੇ ਵਿੱਚ ਹਾਜ਼ਰ ਕਰਦੇ ਹਾਂ ਤਾਂ ਕਿ ਉਹ ਜਿਹੜੇ ਆ ਉਹ ਕਿਸਾਨਾਂ ਨਾਲ ਰੂਬਰੂ ਹੋ ਸਕਣ। ਖੈਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੂੰ ਝੋਨੇ ਅਤੇ ਕਣਕ ਤੋਂ ਹੀ ਵੱਧ ਮੁਨਾਫਾ ਹੁੰਦਾ ਹੈ ਅਤੇ ਇਸੇ ਲਈ ਉਹ ਇਸ ਫਸਲੀ ਚੱਕਰ ਨੂੰ ਛੱਡ ਨਹੀਂ ਰਹੇ। ਪਰ ਦੂਜੇ ਪਾਸੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਬਾਹਰ ਕੱਢਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਤਦ ਹੀ ਸੰਭਵ ਹੈ ਜੇਕਰ ਸਰਕਾਰਾਂ ਨਵੀਂ ਖੇਤੀ ਦੇ ਲਈ ਜਾਂ ਨਵੀਆਂ ਫਸਲਾਂ ਦੇ ਲਈ ਕਿਸਾਨਾਂ ਨੂੰ ਕੋਈ ਰਿਆਇਤ ਦੇਣ। ਸੰਗਰੂਰ ਤੋਂ ਸੰਜੀਵ ਗੋਇਲ ਦੀ ਰਿਪੋਰਟ, ਵਰਲਡ ਪੰਜਾਬੀ ਟੀਵੀ।